सत श्री अकाल जी, तुसी देख रहे हो ए धमान चैनल, मैं अमरजीत धमान। अज परशुराम जयंती है जो कि पूरे हिंदुस्तान दे विच मनाई जा रही है। सो इस दौरान अज कुराली शहर दे विच सिंहपुरा रोड ते जो परशुराम मंदिर बनिया होया है, इत्थे भी बड़ी ही धूमधाम दे नाल इह परशुराम जयंती मनाई जा रही है। सो इत्थे पहुंचियां जो शख्सियतां ने आपां उन्हां दे नाल भी गलबात करदे आं ते इत्थों दी पूरी तुहानूं जानकारी दिखाउंदे आं। ते आओ देखदे आं इह पूरियां झलकियां। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਪਰਸ਼ੂਰਾਮ ਜੀ ਦੀ ਜੈਂਤੀ 'ਤੇ ਸਭ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਅਨਮੋਲ ਦੀਦੀ ਵੱਲੋਂ ਵੀ ਦੇ ਰਹੇ ਹਾਂ ਜੀ ਸਾਰਿਆਂ ਨੂੰ ਵਧਾਈਆਂ, ਧੰਨਵਾਦ। ਭਗਵਾਨ ਪਰਸ਼ੂਰਾਮ ਦੀ ਜੈਂਤੀ 'ਤੇ ਆਪਣੀ ਸਮੁੱਚੀ ਟੀਮ ਅਤੇ ਮੈਡਮ ਅਨਮੋਲ ਗਗਨਮਾਨ ਜੀ ਵੱਲੋਂ ਪੂਰੇ ਇਲਾਕੇ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਪਰਸ਼ੂਰਾਮ ਜੈਂਤੀ ਜੀ ਦੀਆਂ ਲੱਖ ਲੱਖ ਵਧਾਈਆਂ ਜੀ, ਧੰਨਵਾਦ। ਪ੍ਰਭੂ ਪਰਸ਼ੂਰਾਮ ਜੀ ਮਹਾਰਾਜ ਦੀ ਜੈਂਤੀ ਦੇ ਸ਼ੁਭ ਅਵਸਰ 'ਤੇ ਮੈਂ ਆਪਣੇ ਦੇਸ਼ ਵਿਦੇਸ਼ 'ਚ ਬੈਠੇ ਸਾਰੇ ਹੀ ਭਗਤਾਂ ਨੂੰ, ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ। ਔਰ ਮੈਂ ਬੜਾ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਪ੍ਰਭੂ ਦੇ ਚਰਨਾਂ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ। ਔਰ ਮੈਂ ਅਰਦਾਸ ਕਰਦਾ ਹਾਂ ਪ੍ਰਭੂ ਦੇ ਚਰਨਾਂ 'ਚ ਕਿ ਸਮੁੱਚੀ ਸੰਗਤ ਦੇ ਸਾਰਿਆਂ ਦੇ ਘਰਾਂ ਦੇ ਵਿੱਚ ਪ੍ਰਭੂ ਖੁਸ਼ੀਆਂ ਵਰਤਾਉਣ, ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਫਿਰ ਵਧਾਈਆਂ ਜੀ ਇੱਕ ਵਾਰ ਪ੍ਰਭੂ ਦੀ ਜੈਂਤੀ ਦੀ। ਜੈ ਸ਼੍ਰੀ ਪਰਸ਼ੂਰਾਮ ਜੀ ਮਹਾਰਾਜ ਕੀ ਜੈ। ਸਾਰੇ ਭਗਤਾਂ ਨੂੰ ਜੈ ਸ਼੍ਰੀ ਰਾਮ। ਅੱਜ ਅਸੀਂ ਇੱਥੇ ਪਰਸ਼ੂਰਾਮ ਜਯੰਤੀ ਦੇ ਸ਼ੁਭ ਅਵਸਰ 'ਤੇ ਇਕੱਤਰਿਤ ਹੋਏ ਹਾਂ। ਸਾਡੇ ਹਲਕੇ ਦੇ MLA ਮੈਡਮ ਅਨਮੋਲ ਗਗਨ ਮਾਨ ਜੀ ਵੱਲੋਂ ਅਤੇ ਸਾਡੀ ਕੁਰਾਲੀ ਟੀਮ ਵੱਲੋਂ ਅਸੀਂ ਸਾਰਿਆਂ ਨੂੰ ਪਰਸ਼ੂਰਾਮ ਜਯੰਤੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ, ਧੰਨਵਾਦ। ਸਾਰੇ ਹੀ ਭਗਤਾਂ ਨੂੰ ਪਰਸ਼ੂਰਾਮ ਜਯੰਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਬਹੁਤ ਹੀ ਉਤਸ਼ਾਹ ਸੰਗਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸਮੂਹ ਹਿੰਦੂ ਸਿੱਖ ਸਾਰਾ ਭਾਈਚਾਰਾ ਅੱਜ ਪਰਸ਼ੂਰਾਮ ਜੀ ਦੀ ਜਯੰਤੀ ਦਾ ਦਿਨ ਮਨਾ ਰਿਹਾ ਹੈ। ਅਤੇ ਪੂਰੇ ਸ਼ਹਿਰ ਨਿਵਾਸੀਆਂ ਨੂੰ ਅਨਮੋਲ ਗਗਨ ਮਾਨ ਜੀ, ਆਮ ਆਦਮੀ ਪਾਰਟੀ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਜੈ ਸ਼੍ਰੀ ਰਾਮ। ਅੱਜ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਨ ਹੈ ਅਤੇ ਪਰਸ਼ੂਰਾਮ ਜਯੰਤੀ ਬੜੀ ਧੂਮਧਾਮ ਦੇ ਨਾਲ ਪਰਸ਼ੂਰਾਮ ਮੰਦਿਰ ਕੁਰਾਲੀ ਵਿਖੇ ਸਿੰਘਪੁਰਾ ਰੋਡ 'ਤੇ ਮਨਾਈ ਜਾ ਰਹੀ ਹੈ। ਜਿੱਦਾਂ ਤੁਸੀਂ ਦੇਖ ਰਹੇ ਹੋ ਚਾਰੋਂ ਪਾਸੇ ਚਹਿਲ ਪਹਿਲ ਹੈ ਅਤੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਸ਼ਰਧਾ ਹੈ ਅਤੇ ਇੱਕ ਬਹੁਤ ਵੱਡਾ ਪ੍ਰੋਗਰਾਮ ਹਾਲ ਦੇ ਵਿੱਚ ਚੱਲ ਰਿਹਾ ਹੈ। ਉਹਦੇ ਨਾਲ ਨਾਲ ਉਸ ਤੋਂ ਬਾਅਦ ਲੰਗਰ ਦੀ ਵਿਵਸਥਾ ਹੈ ਅਤੇ ਅਸੀਂ ਸਾਰੇ ਹੀ ਸ਼ਹਿਰ ਵਾਸੀ ਆਮ ਆਦਮੀ ਪਾਰਟੀ ਤਰਫੋਂ ਮੈਡਮ ਅਨਮੋਲ ਗਗਨ ਮਾਨ ਅਤੇ ਭਗਵੰਤ ਮਾਨ ਜੀ ਤਰਫੋਂ ਜੋ ਕਿ CM ਹੈ ਪੰਜਾਬ ਦੇ, ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਬ੍ਰਾਹਮਣ ਸਭਾ ਨੂੰ ਅਤੇ ਸਮੁੱਚੇ ਵਿਸ਼ਵ ਨੂੰ ਪਰਸ਼ੂਰਾਮ ਜਯੰਤੀ ਜੀ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਅਤੇ ਕਾਮਨਾ ਕਰਦੇ ਹਾਂ ਅਤੇ ਵਿਸ਼ਵ ਦੇ ਵਿੱਚ ਸ਼ਾਂਤੀ ਹੋਵੇ ਅਤੇ ਲੜਾਈ ਝਗੜਾ ਜੋ ਨਫ਼ਰਤ ਦਾ ਮਾਹੌਲ ਚੱਲ ਰਿਹਾ ਇਹ ਖਤਮ ਹੋਵੇ ਅਤੇ ਸਾਰੀ ਸਦਭਾਵਨਾ ਦੇ ਨਾਲ ਵਿਸ਼ਵ ਸ਼ਾਂਤੀ ਹੋਵੇ, ਸਾਰੇ ਮਿਲ ਜੁਲ ਕੇ ਇੱਕ ਦੂਜੇ ਦੀ ਇੱਜ਼ਤ ਕਰਕੇ ਪਿਆਰ ਨਾਲ ਰਹਿਣ। ਧੰਨਵਾਦ ਜੀ। ਬੋਲੋ ਸ਼੍ਰੀ ਪਰਸ਼ੂਰਾਮ ਭਗਵਾਨ ਕੀ ਜੈ। ओम सर्वे भवन्तु सुखिनः, सर्वे सन्तु निरामयः, सर्वे भद्राणि पश्यन्तु, मा कश्चित् दुःख भाग् भवेत्। ओम स्वस्ति प्रजाभ्यः परिपालयन्ताम् न्यायेन मार्गेण मही महिषा, गोब्राणेभ्यः शुभमस्तु नित्यं, लोका समस्ता सुखिनो भवन्तु। ओम ओम बोलो श्री परशुराम भगवान की जय। शुभ अवसर ते भगवान श्री परशुराम जी की जयंती ते मैं समूह ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਪੂਰੇ ਸ਼ਹਿਰ ਬੰਨਿਓ ਜਿਵੇਂ ਸ਼੍ਰੀ ਅੰਦੂ ਸ਼ੇਖਰ ਜੀ, ਸ਼ੀਸ਼ਾ ਪ੍ਰਧਾਨ ਜੀ, ਇਹਨਾਂ ਦੇ ਕਦਮਾਂ 'ਤੇ ਸਾਰਾ ਬ੍ਰਾਹਮਣ ਸਮਾਜ ਚੱਲ ਕੇ ਇਸ ਸਾਡੇ ਸ਼ਹਿਰ ਦੀ ਅਤੇ
ਸਾਡੇ ਮੁਲਕ ਦੀ ਸਾਡੇ ਇਲਾਕੇ ਦੀ ਸੇਵਾ ਕਰਦੇ ਰਹਿਣ ਅਤੇ ਇਸੇ ਤਰ੍ਹਾਂ ਜਿਵੇਂ ਸਾਡਾ ਭਾਈਚਾਰਾ ਇੱਥੇ ਬਣਿਆ ਹੋਇਆ ਹੈ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਨੇ ਭਾਈ ਭਾਈ ਉਸ ਮੁਤਾਬਕ ਅੱਜ ਸਾਡੇ ਮੁਸਲਮਾਨ ਭਰਾ ਈਦ ਮਨਾ ਰਹੇ ਹੈ ਅਤੇ ਅਸੀਂ ਇੱਥੇ ਆਪਣਾ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮਨਾ ਰਹੇ ਹਾਂ ਸਾਰੇ ਇਕੱਠੇ ਹੋ ਕੇ ਇਸੇ ਤਰ੍ਹਾਂ ਸਾਡਾ ਭਾਈਚਾਰਾ ਬਣਿਆ ਰਹੇ ਕੋਈ ਸਾਡੇ ਮਾੜੀ ਨਜ਼ਰ ਨਾ ਸਾਡੇ ਸ਼ਹਿਰ ਨੂੰ ਲੱਗੇ ਜਿਵੇਂ ਸਾਡੇ ਵੱਡੇ ਇੰਦੂ ਸ਼ੇਖਰ ਜੀ ਸ਼ੇਸ਼ਾ ਪ੍ਰਧਾਨ ਜੀ ਸਮਾਜ ਲਈ ਕਰ ਰਹੇ ਹੈ ਸਾਰਾ ਸਮਾਜ ਇੱਦਾਂ ਹੀ ਬ੍ਰਾਹਮਣ ਸਮਾਜ ਭਲਾ ਕਰਦਾ ਰਹੇ ਅਤੇ ਫਿਰ ਦੁਬਾਰੇ ਪੂਰੇ ਸ਼ਹਿਰ ਵਾਸੀਆਂ ਨੂੰ ਅਤੇ ਖਾਸ ਕਰਕੇ ਆਪਣੇ ਬ੍ਰਾਹਮਣ ਸਮਾਜ ਨੂੰ ਮੈਂ ਵਧਾਈ ਦੇਣਾ ਇਹਨਾਂ ਦੇ ਸ਼ੇਸ਼ਾ ਪ੍ਰਧਾਨ ਜੀ ਦੇ ਆਪਣਾ ਸਿੱਖਿਆ ਨਾਲ ਸਾਡੇ ਰਮਾਕਾਂਤ ਜੀ ਨੇ ਜੋ ਸਾਡੇ ਯੂਥ ਆਈਕਨ ਨੇ ਬ੍ਰਾਹਮਣ ਸਮਾਜ ਦੇ ਇਹ ਵੀ ਇਸੇ ਤਰ੍ਹਾਂ ਸਾਡੇ ਸਮਾਜ ਦੀ ਸੇਵਾ ਕਰਦੇ ਰਹਿਣ ਜੈ ਸ਼੍ਰੀ ਰਾਮ ਅੱਜ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮੌਕੇ ਸਾਡੇ ਪੰਡਿਤ ਜੀ ਸ਼ੇਸ਼ਾ ਪ੍ਰਧਾਨ ਜੀ ਸਮੂਹ ਕੁਰਾਲੀ ਦੇ ਕੌਂਸਲਰ ਸਾਹਿਬਾਨ ਅਤੇ ਪ੍ਰਧਾਨ ਸਾਹਿਬਾਨ ਅੱਜ ਮੰਦਰ ਦੇ ਵਿੱਚ ਹਾਜ਼ਰੀ ਲਵਾਉਣ ਪਹੁੰਚੇ ਜਿਵੇਂ ਅੱਜ ਈਦ ਵੀ ਹੈਗੀ ਹੈ ਅਤੇ ਸਾਰੇ ਮੁਸਲਿਮ ਭਾਈਚਾਰੇ ਈਦ ਦਾ ਤਿਉਹਾਰ ਮਨਾ ਰਹੇ ਔਰ ਹਿੰਦੂ ਪਰਸ਼ੂਰਾਮ ਜੀ ਦਾ ਲੇਕਿਨ ਇਹ ਸਾਰੇ ਇੱਕ ਦੂਜੇ ਦੇ ਧਰਮਾਂ 'ਤੇ ਜਾ ਕੇ ਸਿੱਖ ਭਾਈਚਾਰੇ ਇਕੱਠੇ ਹੋ ਕੇ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀ ਖੁਸ਼ੀਆਂ ਮਨਾ ਰਹੇ ਹੈ ਸੋ ਇਸੇ ਤਰੀਕੇ ਨਾਲ ਸਾਡੇ ਦੇਸ਼ ਦੇ ਵਾਸੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਤੌਰ 'ਤੇ ਵਿਧਾਨ ਸਭਾ ਹਲਕਾ ਖਰੜ ਦੇ ਲੋਕਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ ਸੋ ਇਸੇ ਤਰੀਕੇ ਨਾਲ ਆਪਾਂ ਦਿਨ ਤਿਉਹਾਰਾਂ ਦੇ ਉੱਪਰ ਸਾਰੇ ਧਰਮਾਂ ਨੂੰ ਛੱਡ ਕੇ ਇੱਕ ਦੂਸਰੇ ਨਾਲ ਇਕੱਠੇ ਹੋ ਕੇ ਚੱਲੀਏ ਮੈਂ ਅੱਜ ਸਾਰੇ ਬ੍ਰਾਹਮਣ ਸਮਾਜ ਨੂੰ ਸ਼੍ਰੀ ਪਰਸ਼ੁਰਾਮ ਜਯੰਤੀ ਦੇ ਸੰਬੰਧ ਵਿੱਚ ਲੱਖ ਲੱਖ ਵਧਾਈ ਦਿੰਦਾ ਹਾਂ ਬ੍ਰਾਹਮਣ ਸਮਾਜ ਦਾ ਸਾਡੇ ਦੇਸ਼ ਦੇ ਵਿੱਚ ਖਾਸ ਥਾਂ ਹੈ ਸਿੱਖਿਆ ਦਾ ਮੁੱਢ ਜਿਹੜਾ ਸਾਡੇ ਦੇਸ਼ 'ਚ ਬੰਨਿਆ ਉਹ ਬ੍ਰਾਹਮਣ ਸਮਾਜ ਨੇ ਬੰਨਿਆ ਅਤੇ ਅੱਜ ਇਸ ਸਭਾ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਬੁਲਾ ਕੇ ਇੱਕ ਸਮਾਜਿਕ ਭਾਈਚਾਰਾ ਕਾਇਮ ਕੀਤਾ ਜੋ ਅੱਜ ਸਮੇਂ ਦੀ ਲੋੜ ਹੈ ਸੋ ਮੈਂ ਇਹਨਾਂ ਦੇ ਪ੍ਰਧਾਨ ਇੰਦੂ ਸ਼ੇਖਰ ਜੀ ਸੁਸ਼ੀਲ ਕੁਮਾਰ ਜੀ ਅਤੇ ਸਾਰੀ ਬ੍ਰਾਹਮਣ ਸਭਾ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਇਸ ਤਿਉਹਾਰ ਨੂੰ ਮਨਾ ਕੇ ਜਿੱਥੇ ਕੁਰਾਲੀ ਵਿੱਚ ਨਹੀਂ ਸਾਰੇ ਦੇਸ਼ ਨੂੰ ਸਾਂਝੀ ਬਾਲਤਾ ਦਾ ਸੁਨੇਹਾ ਦਿੱਤਾ ਜੋ ਕਿ ਸ਼੍ਰੀ ਪਰਸ਼ੁਰਾਮ ਜੀ ਨੇ ਦਿੱਤਾ ਸੀ ਕਿ ਸਭ ਨੇ ਮਿਲ ਕੇ ਪਿਆਰ ਦੇ ਨਾਲ ਰਹਿਣਾ ਹੈ ਅਤੇ ਇੱਕ ਦੂਜੇ ਦਾ ਇੱਜ਼ਤ ਮਾਣ ਹਰ ਇੱਕ ਧਰਮ ਦਾ ਸਤਿਕਾਰ ਇਹੀ ਪਰਸ਼ੁਰਾਮ ਜੀ ਦਾ ਸੁਨੇਹਾ ਸੀ ਜੋ ਅੱਜ ਇਸ ਫੰਕਸ਼ਨ ਦੇ ਥਰੂ ਅਸੀਂ ਸਾਰੀ ਲੋਕਾਈ ਨੂੰ ਪਹੁੰਚਾਉਣਾ ਹੈ ਜੈ ਸ਼੍ਰੀ ਪਰਸ਼ੁਰਾਮ ਅੱਜ ਦੇ ਇਸ ਸ਼ੁਭ ਅਵਸਰ 'ਤੇ ਸ਼੍ਰੀ ਬ੍ਰਾਹਮਣ ਸਭਾ ਕੁਰਾਲੀ ਜੋ ਕਿ ਪੰਡਿਤ ਇੰਦੂ ਸ਼ੇਖਰ ਸ਼ਰਮਾ ਜੀ ਦੇ ਮਾਰਗਦਰਸ਼ਨ ਦੇ ਵਿੱਚ ਕੰਮ ਕਰ ਰਹੀ ਹੈ ਉਹ ਸਾਰੇ ਸਮਾਜ ਨੂੰ ਹਾਰਦਿਕ ਸ਼ੁਭਕਾਮਨਾਵਾਂ ਭੇਟ ਕਰਦੀ ਹੈ ਅਤੇ ਭਗਵਾਨ ਕੋਲ ਬੇਨਤੀ ਕਰਦੀ ਹੈ ਕਿ ਬਲ ਬਖਸ਼ਿਓ ਕਿ ਅਸੀਂ ਤੁਹਾਡੀ ਤਾਕਤ ਲੈ ਕੇ ਸਮਾਜ ਦੇ ਵਿੱਚ ਕੋਈ ਥੋੜ੍ਹਾ ਬਹੁਤਾ ਚੰਗਾ ਕੰਮ ਕਰ ਸਕੀਏ ਮੇਰੀ ਇਹੀ ਇੱਕ ਅਪੀਲ ਹੈ ਸਾਰੇ ਸਮਾਜ ਨੂੰ ਕਿ ਜੋ ਈਸਟ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਅਤੇ ਉਹ ਤਮਾਮ ਲਕਾਈ ਦੇ ਸੁਧਾਰ ਲਈ ਆਉਂਦੇ ਨੇ ਅੱਜ ਦੇ ਇਸ ਯੁੱਗ ਦੇ ਵਿੱਚ ਸਾਨੂੰ ਭਗਵਾਨ ਪਰਸ਼ੂਰਾਮ ਜੀ ਦੀਆਂ ਜੋ ਸਿੱਖਿਆਵਾਂ ਹਨ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਜਗਤ ਦੇ ਭਲੇ ਲਈ ਸਮਾਜ ਦੇ ਭਲੇ ਲਈ ਦੇਸ਼ ਦੇ ਭਲੇ ਲਈ ਸਾਨੂੰ ਵੱਧ ਤੋਂ ਵੱਧ ਤਨ ਮਨ ਧਨ ਤੋਂ ਸੇਵਾ ਕਰਨ ਦੀ ਲੋੜ ਹੈ ਇੰਨਾ ਹੀ ਕਹਿੰਦਾ ਹੋਇਆ ਮੈਂ ਅੱਜ ਫਿਰ ਬ੍ਰਾਹਮਣ ਸਭਾ ਕੁਰਾਲੀ ਵੱਲੋਂ ਤਮਾਮ ਸਮਾਜ ਨੂੰ ਸਾਰੇ
भारत वर्ष के लोगों पत्रकार महोदयों सारियां नूं बहुत बहुत बधाई दिंदा हाँ कि भगवान कृपा करे कि इस मुल्क की जो एकता ते विभिन्नता की जो प्रसिद्धि हैगी है उस नूं इस तरह बरकरार रखन ते इस नूं होर बुलंदियां ते लिजाण। जय भगवान परशुराम जी दी। अज परशुराम जयंती है, गलबात करदे आ पंडित इंदू शेखर जी दे नाल। हाँ जी, नमस्कार जी। नमस्कार। मैं आज इस शुभ अवसर पर सारे ब्राह्मण समाज को बहुत बहुत बधाई देता हूँ और बहुत बहुत कल्याण के मार्ग पर चलें और कल्याण ही करें, क्योंकि एतद् देश प्रसूतस्य सकाशाद् अग्र जन्मनः स्वं स्वं चरित्रं शिक्षेरन् पृथिव्यां सर्वमानवः। ये मनुस्मृति का वचन है, उसका मतलब यह है कि इस संसार में संसार को ठीक संचालित करने के लिए ब्राह्मणों का योगदान सबसे बड़ा है। एतद् देश प्रसूतस्य, इस देश में जिन्होंने जन्म लिया है, सकाशात अग्रजन्मनः, अग्रजन्मा कहते हैं ब्राह्मण को, स्वं स्वं चरित्रम शिक्षेरन, अपने अपने चरित्र की शिक्षा लें किन से, ब्राह्मणों से। पृथिव्यां सर्वमानवः, सारी पृथ्वी के मानव मनुष्य जो हैं उनको आदेश है कि ब्राह्मणों से सदाचार, ब्राह्मणों से सब प्रकार की शिक्षा प्राप्त करें। लेकिन आज ब्राह्मण वर्ग को बहुत पिछड़ा हुआ जानकर दुख होता है। हमारा बहुत ही एक प्रयास है इन बंधुओं के द्वारा जिन्होंने इस बीड़ा उठाया है कि भगवान परशुराम जी का, जो कि ब्राह्मणों के प्रतिनिधि भगवान हैं, जो कि विष्णु के अंशावतार हैं, उनका आज हम यहाँ पर उत्सव मनाते हैं। भगवान श्री राम जो है, राम का मतलब है रमन्ते योगिनो यस्मिन् स राम है, जिसमें योगी लोग रमण करते हैं, योगी लोग भगवान का स्मरण कर उसी में लीन हो जाते हैं, वो राम कहलाते हैं। परशु इनका एम्बलम है, भगवान परशुराम का मतलब है कि शापादपि शरादपि, ये शाप से भी नष्ट कर सकते हैं और अगर कोई लड़ना चाहे तो युद्ध में लड़ भी सकते हैं। इसलिए मार्तंड तीर्थ भवने जगदन जमदग्नि पुत्र स्तोत्रम व्यधाई विदुषामृत माघवेन, इस पर एक बहुत व्याख्या लिखी है आचार्य अमृत माघव ने। कहाँ लिखी है कि मार्तंड तीर्थ भवने काशी के ना बना इसमें मटन तीर्थ में, जो कि कश्मीर में आता है, हाँ तीर्थ में, वहाँ पर उन्होंने तपस्या की। तपस्या करने के बाद उन्होंने इनके बारे में बहुत कुछ लिखा, जो कि एक संक्षेप शब्दों में मैं कहूँ कि सत्तो द्रेकाद खंड स्वप्रकाशानंद चिन्मय, सत्व का उद्रेक हो जाता है इनका स्मरण करने से। सत्व मैंने सत्व रज तम, तीन गुण हैं, सत्व गुण का हम तीनों गुणों में सारा दिन भ्रमित होते घूमते रहते हैं, तो सत्व रज का सत्व गुण का उद्रेक जो है, आभास जो है, हमें भगवान परशुराम ने दिया है। सत्वोद्रेकाद खंड स्वप्रकाशानंद चिन्मय, अगर हम इनका ध्यान करेंगे तो उनके रूप में ही लीन हो जाएंगे, और वो भगवान श्री परशुराम ही हैं, जो कि जमदग्नि पुत्र, जमदग्नि ऋषि के पुत्र हैं और माता रेणुका के पुत्र हैं। ऐसी शुभ अवसर आज हम इकट्ठे हुए हैं, हम उनसे सबक लेते हैं कि हम ब्राह्मणत्व का पालन करें और हम हमेशा अच्छा काम करें, अच्छे मार्ग पर चलें और ब्राह्मणों के बच्चों को विद्या अध्ययन और सब तरह से सुविधा प्रदान करें, और ब्राह्मण नहीं सभी वर्गों को साथ लेकर चलें, ब्राह्मण क्षत्रिय वैश्य शूद्र सभी वर्गों को साथ लेकर चलें और उनका अग्रणी होकर चलें, उनको मार्गदर्शक के तौर पर चलें। बस यही हमारा संदेश है। भगवान जय हो, भगवान।